दोस्तों उसी मोड़ ते खड़े हैं जिस मोड़ ते वो तरीक नू मंदभागे दे नू 29 तरीक नू सिद्धू मूसे वाले दा कतल हुंदा हैगा। वो कतल है जिहड़ा प्री प्लैंड सी, घर दे किसे बंदे ने छूह दित्ती सीगी। वो गल है जिहड़ी बिल्कुल साफ हो गई है। किवें साफ हुई है वो तुहानू दसदे आं भी सारी गलबात है जिहड़ी घरों आ गई सी भी प्री प्लैन किवें सी। ये मोड़ तो सिद्धू मूसे वाला गड्डी मोड़ दा हैगा। ये मोड़ तो गड्डी मोड़ के पिंड जवारके दे विच, उस तो बाद ज्यों ही ये मोड़ मोड़दा है अगे बंदे खड़े होंदे ने, पहली बंदे ने जिहड़े वो खड़े होंदे ने, जिवें उन्हां नूं पता सीगा भी अज दे दिन सिद्धू मूसे वाले ने इसे रस्ते तो लंघना है, पिंड जवारकियां दे इसे मोड़ तो मुड़ना है। जिवें सारी गलबात उन्हां नूं पता सी वो तुहानूं दस देंगे भी उहदा सबूत की है भी जिहड़ी गलबात उन्हां नूं पता सी ये गल है जिहड़ी ਕਿੱਥੋਂ ਪਤਾ ਲੱਗੀ ਹੈਗੀ ਤਾਂ ਦੱਸ ਦਈਏ। ਅੱਗੇ ਜਿੱਥੇ ਇਹ ਭੀੜ ਲੱਗੀ ਹੋਈ ਹੈ ਸਾਹਮਣੇ ਉਹ ਟਰੈਕਟਰ ਖੜਾ ਹੈਗਾ। ਟਰੈਕਟਰ ਵਾਲੀ ਥਾਂ 'ਤੇ ਜਾ ਕੇ ਸਿੱਧੂ ਮੂਸੇ ਵਾਲੇ ਦੀ ਗੱਡੀ ਜਦੋਂ ਰੁਕਦੀ ਹੈ ਤਾਂ ਉਸ ਦੇ ਉੱਤੇ ਫਾਇਰਿੰਗ ਸ਼ੁਰੂ ਹੋ ਜਾਂਦੀ ਹੈਗੀ। ਜਿਹੜੀ ਉਹ ਫਾਇਰਿੰਗ ਹੁੰਦੀ ਹੈ ਇੰਨੀ ਜ਼ਿਆਦਾ ਜ਼ਬਰਦਸਤ ਫਾਇਰਿੰਗ ਹੁੰਦੀ ਹੈਗੀ। ਉਹ ਤੁਸੀਂ ਦੇਖ ਸਕਦੇ ਹੋ ਇੱਥੇ ਭੀੜ ਲੱਗੀ ਹੋਈ ਹੈ, ਉਹ ਟਰੈਕਟਰ ਤੋਂ ਅੱਗੇ ਵਾਲੀ ਗੱਡੀ ਵਾਲੀ ਥਾਂ 'ਤੇ ਫਾਇਰਿੰਗ ਹੁੰਦੀ ਹੈ। ਉਹ ਫਾਇਰਿੰਗ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਉਹਨੇ ਇਹ ਹੋਲ ਕਰਤੇ, ਕੰਧਾਂ ਦੇ ਵਿੱਚ ਹੋਲ ਕਰਤੇ, ਕੰਧਾਂ ਨੂੰ ਪਾੜ ਕੇ ਇਹਨੇ ਗੋਲੀਆਂ ਜਿਹੜੀਆਂ ਅੱਗੇ ਲੰਘ ਗਈਆਂ। ਕਿੰਨੀ ਜ਼ਬਰਦਸਤ ਸੀਗੀ ਤੁਸੀਂ ਦੇਖ ਸਕਦੇ ਹੋ। ਅਤੇ ਇਹ ਪਲੈਨਡ ਆ ਜਿਹੜੀ ਉਹ ਸਾਰੀ ਕਿਵੇਂ ਸੀਗੀ ਉਹ ਤੁਹਾਨੂੰ ਦੱਸ ਦੇਵਾਂਗੇ। ਤੁਹਾਨੂੰ ਦੱਸ ਦਈਏ ਕਿ ਇਹ ਉੱਧਰਲੀ ਜਗ੍ਹਾ ਤੋਂ ਫਾਇਰ ਨੇ ਜਿਹੜੇ ਉਹ ਹੋਏ ਨੇ। ਅੱਗੇ ਉਹ ਜਗ੍ਹਾ ਹੈ ਜਿੱਥੇ ਸਿੱਧੂ ਦੀ ਗੱਡੀ ਹੈ ਜਿਹੜੀ ਉਹ ਰੋਕੀ ਹੋਈ ਸੀ, ਗੱਡੀ ਹੈ ਜਿਹੜੀ ਉਹ ਖੜੀ ਸੀ, ਉੱਥੇ ਮਾਰਕ ਹੈ ਜਿਹੜਾ ਲਗਾਇਆ ਗਿਆ। ਜਦੋਂ ਹੀ ਉਹ ਮੋੜ ਮੋੜ ਕੇ ਸਿੱਧੂ ਮੂਸੇਵਾਲੇ ਦੀ ਗੱਡੀ ਇਸ ਜਗ੍ਹਾ 'ਤੇ ਆਉਂਦੀ ਹੈ, ਫਿਲਹਾਲ ਉਹ ਇੱਥੇ ਜੇ ਆਉਂਦੀ ਹੈ ਜਿੱਥੇ ਉਹ ਮਾਰਕ ਲੱਗਿਆ ਹੋਇਆ ਉਸ ਤੋਂ ਪਹਿਲਾਂ, ਤਾਂ ਉਸ ਦੇ ਉੱਤੇ ਸਾਹਮਣੇ ਅੱਧੇ ਬੰਦੇ ਦੂਸਰੀ ਸਾਈਡ ਖੜ੍ਹੇ ਹੁੰਦੇ ਨੇ, ਅੱਧੇ ਇੱਧਰਲੀ ਸਾਈਡ ਖੜ੍ਹੇ ਹੁੰਦੇ ਨੇ। ਉਹਨਾਂ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਦੋਂ ਸਿੱਧੂ ਮੂਸੇਵਾਲਾ ਗੱਡੀ ਆ ਭਜਾਉਣ ਲੱਗਦਾ ਹੈਗਾ ਤਾਂ ਉਹਦੇ ਟਾਇਰਾਂ ਦੇ ਵਿੱਚ ਗੋਲੀਆਂ ਨੇ ਜਿਹੜੀਆਂ ਉਹ ਮਾਰੀਆਂ ਜਾਂਦੀਆਂ ਨੇ, ਅਤੇ ਉਹ ਨਸ਼ੇ ਦੇ ਰੱਜੇ ਹੋਏ ਬੰਦੇ ਹੋਣਗੇ ਜਿਨ੍ਹਾਂ ਦੇ ਵੱਲੋਂ ਫਾਇਰ ਆਲੇ ਦੁਆਲੇ ਵੱਜਦੇ ਨੇ, ਆ ਕੰਧਾਂ ਦੇ ਉੱਤੇ ਵੱਜਦੇ ਨੇ। ਅਤੇ ਅਸਲਾ ਜਿਹੜਾ ਉਹ ਕਈ ਤਰੀਕਿਆਂ ਦਾ ਵਰਤਿਆ ਗਿਆ ਸੀ, ਜਿਹੜੀ ਉਹ ਅਸਲ ਸੀ ਇਹ ਕਿ AN ਅਸਲਾ ਸੀ ਜਿਹੜਾ ਉਹ ਜ਼ਿਆਦਾ ਰਸ਼ੀਅਨ ਸੀ, ਉਹਦੇ ਇੱਕ ਉਹਨਾਂ ਕੋਲ ਇੱਕ ਉਹ ਅਸਲ ਸੀ ਬਾਕੀ ਦੂਜੀ ਸੀਗੀ। ਹੁਣ ਤੁਹਾਨੂੰ ਦੱਸ ਦਿਆਂ ਕਿ ਪਲੈਨਿੰਗ ਕਿਵੇਂ ਹੋਈ। ਪਹਿਲਾਂ ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਬੰਦੇ ਸੀ ਜਿਹੜੇ ਤਕਰੀਬਨ ਸਵੇਰ ਤੋਂ ਹੀ ਇਹ ਸਿਵੇ ਨੇ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਹੋਏ ਸੀਗੇ 8 ਬੰਦੇ। ਤਾਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈਗਾ ਵੀ ਜਿਹੜੀ ਉਹ ਪਲੈਨਿੰਗ ਹੈਗੀ ਉਹ ਸਾਰੀ ਪਹਿਲਾਂ ਰਚੀ ਗਈ ਸੀ। ਜਿਹੜੇ ਬੰਦੇ ਸਵੇਰ ਤੋਂ ਹੀ ਇਸ ਜਗ੍ਹਾ 'ਤੇ ਬੈਠੇ ਸੀਗੇ, ਸਵੇਰ ਤੋਂ ਹੀ ਉਹਨਾਂ ਨੂੰ ਪਤਾ ਸੀ ਕਿ ਅੱਜ ਸਿੱਧੂ ਮੂਸੇਵਾਲੇ ਨੇ ਇਹ ਰਸਤੇ ਤੋਂ ਲੰਘਣਾ, ਚਾਹੇ ਕਿਸੇ ਘਰ ਵਾਲੇ ਬੰਦੇ ਤੋਂ ਖਬਰ ਆ ਰਹੀ ਸੀਗੀ, ਚਾਹੇ ਕਿਸੇ ਨਾਲ ਦੇ ਬੰਦੇ ਦੇ ਭੇਤੀ ਦੀ ਖਬਰ ਸੀ ਇਹ। ਸੋ ਇੱਥੋਂ ਪਤਾ ਲੱਗਦਾ ਵੀ ਜਿਹੜੇ ਬੰਦੇ ਸਵੇਰ ਦੇ ਇਹ ਜਗ੍ਹਾ 'ਤੇ ਬੈਠੇ ਸੀਗੇ ਅਤੇ ਜਦੋਂ ਹੀ ਸਿੱਧੂ ਮੂਸੇਵਾਲੇ ਦੀ ਗੱਡੀ ਇਹ ਜਗ੍ਹਾ 'ਤੇ ਆਉਂਦੀ ਹੈ ਤਾਂ ਮੂਹਰੇ ਖੜ੍ਹ ਕੇ ਉਹਨਾਂ ਤੋਂ ਫਾਇਰਿੰਗ ਹੈ ਜਿਹੜੀ ਕਰ ਦਿੱਤੀ ਜਾਂਦੀ ਹੈਗੀ। ਸ਼ਾਇਦ ਪਿਛਲੀ ਗੱਡੀ ਦੀ ਫਾਇਰਿੰਗ ਇੰਨੀ ਜ਼ਬਰਦਸਤ ਨਾ ਹੁੰਦੀ, ਪਰ ਅੱਗੇ ਵਾਲੀ ਫਾਇਰਿੰਗ ਕਰਕੇ ਹੈ ਜਿਹੜੀ ਡੈਥ ਹੋ ਜਾਂਦੀ ਹੈ, ਗੱਡੀ ਦੇ ਟਾਇਰ ਪਾੜ ਜਾਂਦੇ ਨੇ।